Good morning, students. In this lecture, we discuss causes or sources of monopoly power. The main causes or sources of monopoly power are as follow First is control over raw materials or ownership of natural resources. Monopoly power, the first current that firm. ਜੋ ਕਿ ਟੋਟਲ ਸਪਲਾਈ ਆਫ ਰੋ ਮਟੀਰੀਅਲ ਦੇ ਉੱਪਰ ਜਿਸ ਦਾ ਕਿ ਅਗਰ ਸੇਮ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਨ ਦੇ ਲਈ ਜਿਹੜਾ ਰੋ ਮਟੀਰੀਅਲ ਚਾਹੀਦਾ ਆ ਅਗਰ ਉਸ ਦੀ ਟੋਟਲ ਸਪਲਾਈ ਦੇ ਉੱਪਰ ਸਿਰਫ ਇੱਕ ਫਰਮ ਦਾ ਹੀ ਕੰਟਰੋਲ ਹੋਏਗਾ। ਤੋਂ ਦੈਨ ਜਿਹੜੀ ਦੂਸਰੀ ਫਰਮ ਆ ਉਹ ਸੇਮ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਨ ਦੇ ਲਈ ਜਿਹੜਾ ਰੋ ਮਟੀਰੀਅਲ ਹੈ ਉਸ ਨੂੰ ਮਿਲਣਾ ਡਿਫਿਕਲ ਹੋ ਜਾਏਗਾ। ਇਸ ਲਈ ਜਿਹੜਾ ਕਿ ਇੱਕ ਮੋਨੋਪੋਲੀ ਪਾਵਰ ਦਾ ਫਰਸਟ ਕਾਰਨ ਕੀ ਆ ਕਿ ਜਦੋਂ ਇੱਕ ਫਰਮ ਦਾ ਰੋ ਮਟੀਰੀਅਲ ਦੇ ਉੱਪਰ ਓਵਰਆਲ ਫੁੱਲ ਕੰਟਰੋਲ ਹੋ ਜਾਂਦਾ। ਸੈਕੰਡ ਇਜ਼ ਪੈਟੈਂਟਸ a patents is an exclusive right granted by the government to use some productive techniques or to produce a certain products ki government ek patents de dandi hai kisi company da firm nu kisi certain product da production karan de liye oh bhi ki a causes of monopoly power ek technical barrier barriers bhi hai jehde ki monopoly power de liye responsible hai kyunki us din kaal ki hunde ki new firms de enter karna hai difficult ho janda hai ਨੈਕਸਟ ਇਜ਼ ਗਵਰਨਮੈਂਟ ਪਾਲਿਸੀ ਸਮ ਟਾਈਮਸ ਕੀ ਹੁੰਦਾ ਹੈ ਕਿ ਗਵਰਨਮੈਂਟ ਲਾਇਸੈਂਸ ਗ੍ਰਾਂਟਸ ਕਰਦੀ ਆ ਕੁਝ ਫਰਮਸ ਨੂੰ ਕਿਸੇ ਪਾਰਟिकुलर ਗੁੱਡਸ ਨੂੰ ਪ੍ਰੋਡਕਸ਼ਨ ਕਰਨ ਦੇ ਲਈ ਥੈਨ ਕੋਈ ਵੀ ਫਰਮਸ ਉਸ ਏਰੀਆ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਵਿਦਆਊਟ ਪ੍ਰੋਵਾਈਡਡ ਬਾਈ ði ਲਾਇਸੈਂਸ ਬਾਈ ði ਗਵਰਨਮੈਂਟ ਦੈਟ ਮੀਨਸ ਕਿ ਕੋਈ ਵੀ ਹੋਰ ਫਰਮਸ ਗਵਰਨਮੈਂਟ ਦੀ ਜਿਹੜਾ ਕਿ ਲਾਇਸੈਂਸ ਪ੍ਰੋਵਾਈਡ ਕਰਦੀ ਆ ਉਸ ਦੀ ਪਰਮਿਸ਼ਨ ਤੋਂ ਬਿਨਾ ਉਸ ਚੀਜ਼ ਦਾ ਪ੍ਰੋਡਕਸ਼ਨ ਨਹੀਂ ਕਰ ਸਕਦੀਆਂ ਫੋਰ ਐਗਜ਼ਾਮਪਲ ਕਿ ਲਾਈਕ ਪਬਲਿਕ ਪਬਲਿਕ ਯੂਟਿਲਿਟੀ ਸਰਵਿਸਿਜ਼ ਆ ਲਾਈਕ ਇਲੈਕਟ੍ਰਿਸਿਟੀ ਗੈਸ ਟੈਲੀਫੋਨਸ ਇਹਨਾਂ ਦੇ ਲਈ ਗਵਰਨਮੈਂਟ ਕੀ ਆ ਲਾਇਸੈਂਸ ਪ੍ਰੋਵਾਈਡ ਕਰਦੀ ਆ ਕਿ ਗਵਰਨਮੈਂਟ ਦੇ ਲਾਇਸੈਂਸ ਤੋਂ ਬਿਨਾ ਇਹਨਾਂ ਚੀਜ਼ ਦਾ ਕੋਈ ਵੀ ਸੇਲ ਜਾਂ ਪ੍ਰੋਡਕਸ਼ਨ ਨਹੀਂ ਕਰ ਸਕਦਾ ਨੈਕਸਟ ਇਜ਼ ਹਿਸਟੋਰੀਕਲ ਔਰ ਐਂਟਰੀ ਲੈਕ A firm may enjoy monopoly because of early start in the field and no one else has the necessity no know how ਇੱਕ ਫਾਰਮ ਉਸ ਟਾਈਮ ਵੀ ਮੋਨੋਪੋਲੀ ਪਾਵਰ ਨੂੰ ਇੰਜੋਏ ਕਰਦੀ ਆ ਕਿ ਜਦੋਂ ਕਿਸੇ ਚੀਜ਼ ਦਾ ਪਾਰਟਿਕੂਲਰ ਚੀਜ਼ ਦਾ ਪ੍ਰੋਡਕਸ਼ਨ ਸਭ ਤੋਂ ਪਹਿਲਾਂ ਜਿਸ ਫਰਮਸ ਨੇ ਉਸ ਚੀਜ਼ ਦਾ ਪ੍ਰੋਡਕਸ਼ਨ ਕਰਨਾ ਸਟਾਰਟ ਕੀਤਾ ਆ ਉਹ ਕੀ ਆ ਉਹ ਫਰਮ ਕੀ ਮੋਨੋਪੋਲੀ ਪਾਵਰ ਨੂੰ ਇੰਜੋਏ ਕਰਦੀ ਆ ਐਂਡ ਦਾ ਫਰਸਟ ਫਰਮ ਟੂ ਮਾਰਕੀਟ ਸਮ ਪ੍ਰੋਡਕਟ ਵਿਲ ਯੂਜ਼ਲੀ ਇੰਜੋਏ ਮੋਨੋਪੋਲੀ ਪੋਜੀਸ਼ਨ ਨੈਕਸਟ ਇਜ਼ ਲਿਮਿਟ ਪ੍ਰਾਈਜ਼ਿੰਗ ਪਾਲਿਸੀ অর ਅਨਫੇਅਰ ਕੰਪੀਟੀਸ਼ਨ ਅਨਦਰ ਸੋਰਸ ਆਫ ਮੋਨੋਪੋਲੀਜ਼ ਕੀ ਆ ਲਿਮਿਟ ਪ੍ਰਾਈਜ਼ਿੰਗ ਪਾਲਿਸੀ ਅਡਾਪਟਡ ਬਾਈ ਦੀ ਐਗਜ਼ਿਸਟਿੰਗ ਫਰਮਸ ਲਿਮਿਟ ਪ੍ਰਾਈਜ਼ਿੰਗ ਪਾਲਿਸੀ ਕੀ ਹੁੰਦੀ ਆ ਜਿਸ ਦਾ ਏਮ ਕੀ ਹੁੰਦਾ ਲਿਮਿਟ ਪ੍ਰਾਈਜ਼ਿੰਗ ਪਾਲਿਸੀ ਦਾ ਮੇਨ ਏਮ ਕੀ ਹੁੰਦਾ ਆ ਕਿ ਜਿਹੜੀਆਂ ਨਵੀਆਂ ਫਰਮਸ ਉਸੇ ਦਾ ਪ੍ਰੋਡਕਸ਼ਨ ਕਰ ਲਈ ਆ ਰਹੀਆਂ ਆ ਉਹਨਾਂ ਨੂੰ ਰੋਕਣਾ ਉਸ ਚੀਜ਼ ਦਾ ਪ੍ਰੋਡਕਸ਼ਨ ਕਰਨ ਤੋਂ ਲਿਮਿਟ ਪ੍ਰਾਈਜ਼ਿੰਗ ਪਾਲਿਸੀ ਦੇ ਵਿੱਚ ਫਰਮਸ ਕੀ ਕਰਦੀਆਂ ਕਿ ਆਪਣੇ ਪ੍ਰਾਈਸ ਨੂੰ ਜਸਟ ਬਿਲੋ ਸੈੱਟ ਕਰ ਦਿੰਦੀਆਂ ਮਿਨਿਮਮ ਲੌਂਗ ਰਨ ਐਵਰੇਜ ਕਾਸਟ ਜਿੰਨੀ ਹੁੰਦੀ ਆ ਉਸ ਤੋਂ ਜਸਟ ਅ ਲिटल ਬਿਟ ਬਿਲੋ ਹੋਰ ਘੱਟ ਕਰ ਲੈਂਦੀਆਂ ਜਿਸ ਨਾਲ ਕੀ ਹੋ ਜਾਂਦਾ ਜਿਹੜੀਆਂ ਨਿਊ ਫਰਮਸ ਐਂਟਰ ਕਰਦੀਆਂ ਉਹ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਪ੍ਰੋਡਕਸ਼ਨ ਕਰਨ ਦੇ ਲਈ ਉਹ ਫਰਮਸ ਦੇ ਲਈ ਕੰਪੀਟੀਸ਼ਨ ਇਨਕਰੀਜ਼ ਵੱਧ ਜਾਂਦਾ ਕਿਉਂਕਿ ਪ੍ਰਾਈਸਸ ਘੱਟ ਕਰੀਏ ਦੂਜੀ ਫਰਮ ਜਿਹੜੀ ਪਹਿਲੀ ਐਗਜ਼ਿਸਟਿੰਗ ਫਰਮ ਆ ਉਸ ਨਾਲ ਕੀ ਹੁੰਦਾ ਹੈ ਕਿ ਅਨਫੇਅਰ ਕੰਪੀਟੀਸ਼ਨ ਹੁੰਦਾ ਆਟੋਮੈਟਿਕਲੀ ਜਿਹੜੀਆਂ ਫਰਮਸ ਐਂਟਰ ਨਹੀਂ ਕਰਦੀਆਂ ਉਸ ਚੀਜ਼ ਦਾ ਕਰਨ ਦੇ ਲਈ ਜਿਸ ਕਾਰਨ ਜਿਹੜੀ ਇਹ ਪਾਲਿਸੀ ਆ ਜਿਹੜੀ ਐਂਟਰੀ ਆਫ ਨਿਊ ਫਾਰਮਸ ਨੂੰ ਅਨ ਅਟਰੈਕਟਿਵ ਕਰਦੀ ਆ ਨੈਕਸਟ ਇਜ਼ ਕੈਪੀਟਲ ਸਾਈਜ਼ ਮੋਨੋਪਲੀ ਮੇ ਆਲਸੋ ਬੀਕਾਸ ਟੂ ਟੂ ਦੀ ਹਿਊਜ ਅਮਾਉਂਟ ਆਫ ਕੈਪੀਟਲ ਰਿਕੁਆਇਰਡ ਟੂ ਸਟੈਬਲਿਸ਼ ਅ ਪਰਟੀਕਲ ਪ੍ਰੋਡਕਟਿਵ ਯੂਨਿਟਸ ਕਿਸੇ ਵੀ ਪਾਰਟਿਕੂਲਰ ਯੂਨਿਟਸ ਆਫ ਦਾ ਪ੍ਰੋਡਕਸ਼ਨ ਕਰਨ ਦੇ ਲਈ ਹਿਊਜ ਅਮਾਉਂਟ ਆਫ ਕੈਪੀਟਲ ਦੀ ਰਿਕੁਆਇਰਮੈਂਟ ਹੁੰਦੀ ਆ ਇਸ ਦੇ ਲਈ ਇੱਕ ਮੋਨੋਪੋਲੀਸਟਿਕ ਜਾਂ ਇੱਕ ਫਾਰਮ ਉਹੀ ਮੋਨੋਪੋਲੀ ਪਾਵਨ ਇੰਜੋਏ ਕਰਦੇ ਜਿਸ ਕੋਲ ਕੈਪੀਟਲ ਸਾਈਜ਼ ਜ਼ਿਆਦਾ ਹੁੰਦੀ ਆ ਨੈਕਸਟ ਇਜ਼ ਬਿਜ਼ਨਸ ਮਰਜਰ ਸਮ ਟਾਈਮਸ ਕੀ ਕਰਦੀ ਹੈ ਇੱਕ ਫਾਰਮਸ ਮੋਨੋਪੋਲੀ ਪਾਵਨ ਇੰਜੋਏ ਕਰਨ ਦੇ ਲਈ ਉਹ ਕੀ ਟੇਕਓਵਰ ਕਰ ਲੈਂਦੀ ਆ ਥੀਸ ਦੂਸਰੀ ਫਾਰਮਸ ਦੇ ਉੱਪਰ ਜਾਂ ਫੇ ਉਸ ਨਾਲ ਕੀ ਕਰਦੀ ਆ ਇੱਕ ਜਾਂ ਫਿਰ ਦੂਸਰੀ ਫਰਮਸ ਨੂੰ ਆਪਣੇ ਵਿੱਚ ਮਰਜ ਕਰ ਲੈਂਦੀ ਆ ਜਿਸ ਨਾਲ ਕੀ ਫਰਮਸ ਜਿਹੜੀ ਮੋਨੋਪਲੀ ਪਾਵਰਸ ਨੂੰ ਇੰਜੋਏ ਕਰ ਸਕਦੇ ਆ ਨੈਕਸਟ ਇਜ਼ ਡਿਮਾਂਡ ਐਂਡ ਦਾ ਰੈਵਨਿਊ ਅੰਡਰ ਮੋਨੋਪਲੀ ਮੋਨੋਪਲੀ ਸਿਚੁਏਸ਼ਨ ਦੇ ਵਿੱਚ ਫਰਮਸ ਤੇ ਇੰਡਸਟਰੀ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੁੰਦਾ ਅਕੋਰਡਿੰਗ ਅਕੋਰਡਿੰਗਲੀ ਅੰਡਰ ਮੋਨੋਪਲੀਸਟਿਕ ਸਿਚੁਏਸ਼ਨਸ ਜਿਹੜੀ ਫਰਮਸ ਦੀ ਡਿਮਾਂਡ ਕਰਵ ਹੁੰਦੀ ਹੈ ਉਸ ਨੂੰ ਹੀ ਇੰਡਸਟਰੀ ਦੀ ਡਿਮਾਂਡ ਕਰਵ ਕਿਹਾ ਜਾਂਦਾ ਆ ਡਿਮਾਂਡ ਕਰਵ ਆਫ ਦੀ ਮੋਨੋਪੋਲਿਸਟਿਕ ਇਜ਼ ਆਲਸੋ ਐਵਰੇਜ ਰੈਵਨਿਊ ਕਰਵ ਕਿ ਜਿਹੜੀ ਮੋਨੋਪੋਲਿਸਟਿਕ ਦੀ ਡਿਮਾਂਡ ਕਰਵ ਆ ਉਸ ਨੂੰ ਐਵਰੇਜ ਰੈਵਨਿਊ ਕਰਵ ਵੀ ਕਿਹਾ ਜਾਂਦਾ ਹੈ ਇਹਦੀ ਜਿਹੜੀ ਸਲੋਪ ਹੁੰਦੀ ਆ ਉਹ ਕੀ ਡਾਊਨਵਰਡ ਹੁੰਦੀ ਆ ਇਟ ਮੀਨਸ ਇਹਦਾ ਮਤਲਬ ਕੀ ਆ ਕਿ ਅਗਰ ਮੋਨੋਪੋਲਿਸਟਿਕ ਹਾਈ ਪ੍ਰਾਈਸ ਫਿਕਸ ਕਰਦਾ ਹੈ ਤਾਂ ਉਸ ਦੀ ਡਿਮਾਂਡ ਕੀ ਹੋ ਜਾਏਗੀ ਸ਼੍ਰਿੰਕ ਹੋ ਜਾਏਗੀ ਔਨ ਦਾ ਅਦਰ ਹੈਂਡ ਅਗਰ ਉਹ ਆਪਣੀ ਪ੍ਰਾਈਸ ਲੋ ਫਿਕਸ ਕਰਦਾ ਉਸ ਦੀ ਡਿਮਾਂਡ ਕੀ ਹੋਏਗੀ ਐਕਸਪੈਂਡ ਹੋਏਗੀ ਬਿਕੋਜ਼ ਅੰਡਰ ਮੋਨੋਪੋਲੀ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਜਿਹੜੀ ਕਰਵ ਆ ਉਹ ਸੈਪਰੇਟਸ ਹੁੰਦੀਆਂ ਫਰੋਮ ਵਨ ਅਨਦਰ ਦੈਟ ਇਜ਼ ਸ਼ੋਨ ਇਨ ਫਿਗਰ 1 ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਕਰਵ ਬੋਥ ਜਿਹੜੀ ਕਰਵਸ ਆ ਉਹ ਕੀ ਆ ਸਲੋਪਿੰਗ ਡਾਊਨਵਰਡ ਐਂਡ ਜਿਹੜੀ ਮਾਰਜਨਲ ਰੈਵਨਿਊ ਕਰਵ ਆ ਉਹ ਐਵਰੇਜ ਰੈਵਨਿਊ ਕਰਵ ਔਰ ਡਿਮਾਂਡ ਕਰਵ ਦੇ ਬਿਲੋ ਆ ਦੈਟ ਇਜ਼ ਨੀਚੇ ਆ ਡਾਇਗਰਾਮ ਕੀ ਸ਼ੋ ਕਰ ਰਿਹਾ ਦੈਟ ਇਜ਼ ਕਿ ਜਦੋਂ ਡਿਮਾਂਡ ਰਾਈਜ਼ ਕਰਦੀ ਆ ਸੌਰੀ ਕਿ ਡਿਮਾਂਡ ਰਾਈਜ਼ ਕਰੇਗੀ ਜਦੋਂ ਪ੍ਰਾਈਸ ਘਟ ਹੋਏਗੀ दैट मींस ਕਿ ਜਦੋਂ ਇੱਕ ਮੋਨੋਪੋਲੀਸਟਿਕ ਆਪਣੀ ਪ੍ਰਾਈਸ ਨੂੰ ਘਟ ਕਰੇਗਾ ਤੁਸੀਂ ਜਿਹੜੀ ਡਿਮਾਂਡ ਹੈ ਐਵਰੇਜ ਰੈਵਨਿਊ ਕਰਵ ਕੀ ਹੈ ਉਸ ਨੂੰ ਡਿਮਾਂਡ ਕਰਵ ਵੀ ਕਹਿੰਦੇ ਆ ਉਹ ਕੀ ਹੋਏਗੀ ਆਟੋਮੈਟਿਕਲੀ ਜ਼ਿਆਦਾ ਹੋਏਗੀ ਜਦੋਂ ਪ੍ਰਾਈਸ ਘਟ ਹੋਏਗੀ ਐਂਡ ਐਵਰੇਜ ਰੈਵਨਿਊ ਕਰਵ ਨੂੰ ਪ੍ਰਾਈਸ ਕਰਵ ਕਿਹਾ ਜਾਂਦਾ ਹੈ ਵਿਦ ਫਾਲ ਇਨ ਪ੍ਰਾਈਸ ਬੋਥ ਐਵਰੇਜ ਐਂਡ ਮਾਰਜਨਲ ਰੈਵਨਿਊ ਫਾਲ ਬਟ ਫਾਲ ਇਨ ਮਾਰਜਨਲ ਰੈਵਨਿਊ ਇਜ਼ ਮੋਰ ਐਵਰੇਜ ਰੈਵਨਿਊ ਇਸ ਨੈਵਰ ਜ਼ੀਰੋ ਕਦੀ ਵੀ ਜ਼ੀਰੋ ਨਹੀਂ ਹੁੰਦੀ ਪਰ ਜਿਹੜੀ ਮਾਰਜਨਲ ਰੈਵਨਿਊ ਜ਼ੀਰੋ ਵੀ ਹੋ ਸਕਦੀ ਹੈ ਐਂਡ ਨੈਗੇਟਿਵ ਵੀ ਹੋ ਸਕਦੀ ਹੈ ਦੈਟ ਮੀਨਸ ਕਿ ਮੋਨੋਪੋਲਿਸਟਿਕ ਸਿਚੁਏਸ਼ਨ ਦੇ ਵਿੱਚ ਜਿਹੜੀ ਐਵਰੇਜ ਐਂਡ ਮਾਰਜਨਲ ਰੈਵਨਿਊ ਕਰਵਾ ਉਹ ਡਾਊਨਵਰਡ ਸਲੋਪਿੰਗਸ ਹੁੰਦੀਆਂ ਬਿਕੋਜ਼ ਕਿਉਂਕਿ ਅਗਰ ਉਹ ਆਪਣੀ ਪ੍ਰਾਈਸਸ ਨੂੰ ਘੱਟ ਕਰਨਗੇ ਦੈਨ ਹੀ ਉਸ ਫਰਮਸ ਦੀ ਜਿਹੜੀ ਪ੍ਰੋਡਕਸ਼ਨ ਦੀ ਜਿਹੜੀ ਡਿਮਾਂਡ ਜ਼ਿਆਦਾ ਹੋਏਗੀ ਨੈਕਸਟ ਇਜ਼ ਡਿਟਰਮੀਨੇਸ਼ਨ ਆਫ ਪ੍ਰਾਈਜ਼ and equilibrium under monopoly a monopolistic is in equilibrium when he produce that amount of output which yield him maximum total profit that means ek monopolistic equilibrium vich kado hoega ki jadon us amount of output nu no production karda hai jis to usnu no maximum profit milda hai and ek monopolistic equilibrium di condition vich short period vich ओ किया मिनीम लॉस में भी सफ़र कर सकता है अंडर मनोपली प्राइज एंड एक आर डिटर्मिंड अंडर टू डिफरेंट अप्रोचेस फर्स्ट इज़ टोटल रेवन्यू एंड टोटल कॉस्ट अप्रोच सैकेंड इज मार्जिनल रेवन्यू एंड मार्जिनल कॉस्ट अप्रोच मन फस्ट इज़ टोटल रेवन्यू एंड टोटल कॉस्ट अप्रोच मनोपलिस्टी कैन अर्न मैक्सीम प्रॉफिट बाय सैलिंग that amount of output at which difference between total revenue and total cost is maximum total revenue and total cost se approach asi de according ye pata kar sakde haan ki ek monopolistic nu maximum profit kado hunda kis output nu amount of output nu sell karke usnu maximum profit hunda figure 2 de vich tc total cost curve hai एंड टी आर टोटल रेवन्यू करव जी टोटल रैवन्यू करवा बिगन हो रही है फ्रॉम पॉइंट ऑफ ओरिजन तो मीनिंग देर एट एट जीरो आउटपुट दैन टोटल रैवन्यू भी जीरो हैगा दैट मीनस कि जो आउटपुट जीरो आ उस टाइम जी रेवीन्यू भी आ जीरो बट जी टोटल कॉस्ट करवा विघन हो रही है पी पॉइंट तो मीनिंग दैट इसका मतलब की है ਕਿ ਅਗਰ ਪ੍ਰੋਡਕਸ਼ਨ ਨਹੀਂ ਵੀ ਹੋ ਰਿਹਾ ਸਟਿਲ ਫਿਰ ਵੀ ਜਿਹੜੀ ਫਿਕਸਡ ਕਾਸਟ ਉਹ ਕੀ ਆ ਉਸ ਦਾ ਜਿਹੜਾ ਲਾਸ ਹ ਉਹ ਸਫਰ ਕਰਨਾ ਪਏਗਾ दैट इज ओ पी ਕੀ ਆ ਫਿਕਸਡ ਕਾਸਟ ਕੀ ਪ੍ਰੋਡਕਸ਼ਨ ਨਾ ਹੋਣ ਤੇ ਵੀ ਕਾਸਟ ਲੱਗੇਗੀ ਉਹ ਕੀ ਆ او ਪੀ ਕਾਸਟ ਐਂਡ ਟੋਟਲ ਪ੍ਰੋਫਿਟ ਇਜ਼ ਰਿਪਰੈਜ਼েন্টেਡ ਬਾਈ ਟਪੀ ਕਰਵ ਇਟ ਬਿਕਨਸ ਫਰੋਮ ਪੁਆਇੰਟ ਆਰ ਥੈਟ ਸ਼ੋ ਕੀ ਕਰ ਰਿਹਾ ਕਿ ਇਨੀਸ਼ੀਅਲੀ ਜਦੋਂ ਫਰਮਸ ਕੀ ਜਦੋਂ ਕੋਈ ਵੀ ਪ੍ਰੋਡਕਸ਼ਨ ਨਹੀਂ ਹੋ ਰਿਹਾ ਤੇ ਫਰਮਸ ਦਾ ਜਿਹੜਾ ਪ੍ਰੋਫਿਟ ਕੀ ਆ ਨੈਗੇਟਿਵ फिगर टू की शो कर रहा है कि जो इनिशियली एक फार्म अपने प्रोडक्शन इनक्रीज़ कर दी है तो उसका टोटल रैवन्यू भी हौली हौली इनक्रीज़ करता जाता है बट हाउ एवर फिर भी इन बिगनिंग जो टोटल रैवन्यू आैस दैन है देखो टोटल रेवन्यू करब नीचे टोटल कोसट करब उपर आठ ठीक है दैट मीनस की टोटल रेवन्यू लैस दैन टोटल कोसट आ इस करके जो प्रॉफिट आरसी पोशन आ जरा दैट इज़ आर दो लैके सी तक पोषण की है ਕਿ ਜਿਹੜਾ ਪ੍ਰੋਫਿਟ ਆ ਉਹ ਵੀ ਕੀ ਹੈ ਕਿ ਫਰਮ ਨੂੰ ਲਾਸ ਹੋ ਰਿਹਾ ਨੈਗੇਟਿਵ ਦੇ ਵਿੱਚ ਆ ਐਡ ਪੁਆਇੰਟ ਐਮ ਜਿਹੜਾ ਟੋਟਲ ਰੈਵਨਿਊ ਆ ਉਹ ਟੋਟਲ ਕਾਸਟ ਦੇ ਇਕੁਅਲ ਆ that means ਕਿ ਫਰਮ ਨੂੰ ਨਾ ਤਾਂ ਲਾਸ ਹੋ ਰਿਹਾ ਆ ਸੀ ਪੁਆਇੰਟ ਦੇ ਉੱਪਰ ਔਰ ਨਾ ਹੀ ਔਰ ਨਾ ਹੀ ਪ੍ਰੋਫਿਟ ਹੋ ਰਿਹਾ ਨਾ ਹੀ ਲਾਸ that is ਐਮ ਪੁਆਇੰਟ ਕੀ ਸ਼ੋ ਕਰ ਰਿਹਾ ਬ੍ਰੇਕ ਇਵਨ ਪੁਆਇੰਟ when firm produce more than m.m ki m. ਤੋਂ ਜ਼ਿਆਦਾ ਹੋਰ ਜ਼ਿਆਦਾ production ਕਰਦੀ ਹੈ then ਜਿਹੜੀ ਇਸਦੀ ਟੋਟਲ ਰੈਵਨਿਊ অর ਟੋਟਲ ਕਾਸਟ ਤੋਂ ਜ਼ਿਆਦਾ ਵੱਜ ਜਾਂਦੀ ਹੈ ਕਿ ਟੋਟਲ ਰੈਵਨਿਊ ਜ਼ਿਆਦਾ ਹੁੰਦੀ ਹੈ ਐਂਡ ਕਾਸਟ ਘਟ ਹੁੰਦੀ ਹੈ that is a point ਦੇ ਉੱਤੇ ਕਿ ਉਸ ਟਾਈਮ ਜਿਹੜੇ ਫਰਮ ਦਾ ਪ੍ਰੋਫਿਟ ਆ ਉਹ ਵੀ ਕੀ ਆ ਇਨਕਰੀਜ਼ ਕਰਦਾ ਕਿ ਫਰਮ ਨੂੰ ਪ੍ਰੋਫਿਟ ਜ਼ਿਆਦਾ ਹੁੰਦਾ ਹੈ that is e point ਤੇ ਮੈਕਸਿਮਮ ਪ੍ਰੋਫਿਟ ਆ this amount of output that is oq ਉਸ ਨੂੰ ਕੀ ਕਿਹਾ ਜਾਂਦਾ ਹੈ ਦੈਟ ਇਜ਼ ਇਕੁਲਿਬ੍ਰੀਅਮ ਆਊਟਪੁੱਟ ਅਗਰ ਫਰਮ Q ਪੁਆਇੰਟ ਤੋਂ Q ਪੁਆਇੰਟ ਤੋਂ ਜ਼ਿਆਦਾ ਉਹ Q ਤੋਂ ਜ਼ਿਆਦਾ ਪ੍ਰੋਡਕਸ਼ਨ ਕਰਦੀ ਆ ਦੈਨ ਫਰਮ ਦੀ ਜਿਹੜੀ ਰੈਵਨਿਊ ਆ ਉਹ ਕੀ ਆ ਹੌਲੀ ਹੌਲੀ ਡਿਕਰੀਜ਼ ਕਰਨ ਲੱਗਦੀ ਹੈ ਐਂਡ ਕੋਸਟ ਇਨਕਰੀਜ਼ ਕਰਨ ਲੱਗਦੀ ਆ ਉਸ ਕਾਰਨ ਜਿਹੜਾ ਪ੍ਰੋਫਿਟ ਆ ਉਹ ਵੀ ਡਾਊਨਵਰਡ ਆ ਜਾਂਦਾ ਆ ਕੀ ਐਂਡ ਪੁਆਇੰਟ ਦੇ ਉੱਪਰ ਦੇਖੋ ਟੋਟਲ ਰੈਵਨਿਊ ਐਂਡ ਟੋਟਲ ਕੋਸਟ ਸੇਮ ਆ ਦੈਟ ਇਜ਼ ਡੀ ਪੁਆਇੰਟ ਤੇ ਪ੍ਰੋਫਿਟ ਵੀ ਜ਼ੀਰੋ ਆ ਅਗਰ ਉਸ ਤੋਂ ਜ਼ਿਆਦਾ ਹੋਰ ਪ੍ਰੋਡਕਸ਼ਨ ਕਰਦੀ ਟੋਟਲ ਰੈਵਨਿਊ ਘਟ ਜਾਂਦਾ ਐਂਡ ਟੋਟਲ ਕੋਸਟ ਜ਼ਿਆਦਾ ਹੋ ਜਾਂਦਾ ਤੇ ਪ੍ਰੋਫਿਟ ਕੀ ਅਗੇਨ ਹੋ ਜਾਂਦਾ ਨੈਗੇਟਿਵ ਡਾਊਨਵਰਡ ਆ ਜਾਂਦਾ ਐਕਸ ਐਕਸਿਸ ਦੇ ਨੀਚੇ ਐਂਡ ਐਂਡ ਪੁਆਇੰਟ ਕੀਆ ਅਗੇਨ ਬ੍ਰੇਕ ਇਵਨ ਪੁਆਇੰਟ ਇਸ ਲਈ ਟੋਟਲ ਰੈਵਨਿਊ ਟੋਟਲ ਕੋਸਟ ਅਪਰੋਚ ਦੇ ਥਰੂ ਇੱਕ ਫਰਮ ਆਪਣੇ ਮੈਕਸਿਮਮ ਪ੍ਰੋਫਿਟ ਨੂੰ ਐਨਲਾਈਜ਼ ਕਰਦੀ ਹੈ ਕਿ ਜਿਸ ਜਗ੍ਹਾ ਟੋਟਲ ਰੈਵਨਿਊ ਟੋਟਲ ਕੋਸਟ ਦੇ ਵਿੱਚ ਜਿਹੜਾ ਡਿਫਰੈਂਸ ਜ਼ਿਆਦਾ ਆ ਕਿ ਟੋਟਲ ਰੈਵਨਿਊ ਜ਼ਿਆਦਾ ਐਂਡ ਕੋਸਟ ਘਟਾ ਜੈਟ ਇਜ਼ ਉਹ ਕਿਉ ਆਉਟਪੁੱਟ ਨੂੰ ਪ੍ਰੋਡਕਸ਼ਨ ਕਰਕੇ ਇੱਕ ਫਰਮ ਇਕਲੀਬਰੀਅਮ ਕੰਡੀਸ਼ਨ ਦੇ ਵਿੱਚ ਹੋਏਗੀ ਬਿਕੋਜ਼ ਇਸ ਟਾਈਮ ਤੇ ਉਸ ਨੂੰ ਜਿਹੜਾ ਪ੍ਰੋਫਿਟ ਮਿਲੇਗਾ ਉਹ ਕੀ ਮੈਕਸਿਮਮ ਪ੍ਰੋਫਿਟ ਹੋਏਗਾ नैक्सट इस मार्जिनल रैवन्यू एंड मार्जिनल कॉस्ट अप्रोच केस ऑफ मनोपली वन कैन नो अबाउट प्राइस डिटर्मीनेशन और इकलिब्रियम पोजिशन विद द हेल्प ऑफ मार्जिनल रेवन्यू एंड मार्जिनल कॉस्ट एनालाइजिज अकॉर्डिंग टू दिस एनालाइजिज ए मोनोपलिस्टिक विल बी इन इक्लिब्रियम वैन टू कंडीशन ऑफ फिल्ड इस अप्रोच के अकॉर्डिंग एक मोनोपलिस्टिक उस टाइम इक्लिब्रियम के जो दोडीशन फुलफिल हो गई फस्ट कंडीशन की है when marginal revenue is equal to marginal cost jab marginal cost is equal to marginal revenue second marginal cost curves cut marginal revenue curve from below ek monopolistic nu maximum profit udonda hai jadon equilibrium condition de vich hunda hai it is explained with the help of figure 3 in this figure output nu x axis te show kita gaya oh y te revenue and cost nu MC marginal cost karva AR and MR ki average revenue and marginal revenue ko point E kia equilibrium point because E point de upar marginal cost marginal revenue de equal a ek hi marginal cost ka de ki marginal revenue that is equal a and marginal cost ki kariya from below ton uppan nu jandi hoyi cut kariya marginal revenue karvano that is two conditions fulfill ho riyan दैट इज ओ क्यू की है इकलिबरीयम आउटपुट एंड एंड इस तरह एक फॉर्म दलिब्रियम किस जगह पर फिक्स होंगे पॉइंट जिस जगह पर मार्जिनल रैवन्यू मार्जिनल कॉस्ट इक्वल हों एंड मार्जिनल कॉस्ट करो मार्जिनल रेविन्यू वो फ्रॉम बिलो तो कट करती है एक ही कर, sorry, कर. कि मारजनल रैविन्व एंड मार्ज सॉरी एवरेज रैवीन्यू कर फिर कि बनावेंगे असं मार्जिनल कोसट कर ਮਾਰਜਨਲ ਕੋਸਟ ਕਿਸ ਜਗ੍ਹਾ ਤੇ ਮਾਰਜਨਲ ਰੈਵਨਿਊ ਇਕੁਅਲ ਆ ਇਸ ਪੁਆਇੰਟ ਤੇ ਦੈਟ ਇਜ਼ ਫਰਸਟ ਕੰਡੀਸ਼ਨ ਫੁਲਫਿਲ ਫਰਮ ਨੀਚੇ ਤੋਂ ਉੱਪਰ ਚੰਦੀ ਹੋਈ ਕਟਕਾਰੀ ਹੈ ਸੈਕੰਡ ਕੰਡੀਸ਼ਨ ਫੁਲਫਿਲ ਦੈਟ ਇਜ਼ ਇਕਲੀਬਰੀਅਮ ਆਉਟਪੁੱਟ ਉਸ ਜਗ੍ਹਾ ਤੇ ਫਿਕਸਡ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਪ੍ਰਾਈਸ ਦੇ ਜਿਹੜਾ ਇਕਲੀਬਰੀਅਮ ਡਿਟਰਮੀਨੇਸ਼ਨ ਆ ਅੰਡਰ ਮੋਨੋਪੋਲੀ ਦੇ ਵਿੱਚ ਉਹ ਸਟੱਡੀ ਕੀਤਾ ਜਾਂਦਾ ਟੂ ਡਿਫਰੈਂਟ ਟਾਈਮ ਪੀਰੀਅਡਸ ਦੇ ਵਿੱਚ ਫਰਸਟ ਇਜ਼ ਸ਼ਾਰਟਰਨ ਪੀਰੀਅਡ ਐਂਡ ਸੈਕੰਡ ਇਜ਼ ਲੌਂਗ ਰਨ ਪੀਰੀਅਡ Thank you.